ਉਸ਼ੋ ਦੇ ਲੈਕਚਰ ਦੂਸਰਾ ਭਾਗ ਸਵਾਮੀ ਰਾਮੀ ਕਹਾਣੀ ਸੁਣਾਇਆ ਕਰਦੇ ਸਨ ਉਹ ਕਹਿੰਦੇ ਸਨ ਇੱਕ ਪ੍ਰੇਮੀ ਸੀ ਉਹ ਦੂਰ ਦੇਸ਼ ਚਲਾ ਗਿਆ ਸੀ ਉਹਦੀ ਪ੍ਰੇਮਿਕਾ ਰਾਹ ਤੱਕਦੀ ਰਹੀ ਬਰੇ ਆਏ ਗਏ ਪੱਤਰ ਆਉਂਦੇ ਸਨ ਹੁਣ ਆਉਂਦਾ ਹੁਣ ਆਉਂਦਾ ਹੁਣ ਆਉਂਦਾ ਪਰ ਉਹਦੀ ਕਲਮੀ ਹੁੰਦੀ ਗਈ ਤੇ ਉਹ ਨਹੀਂ ਆਇਆ ਨਹੀਂ ਆਇਆ ਤੇ ਨਹੀਂ ਆਇਆ ਫਿਰ ਉਹ ਪ੍ਰੇਮਿਕਾ ਘਬਰਾ ਗਈ ਤੇ ਇੱਕ ਦਿਨ ਖੁਦ ਹੀ ਤੁਰ ਕੇ ਪੈਦਲ ਉਸ ਜਗ੍ਹਾ ਪਹੁੰਚ ਗਈ ਜਿੱਥੇ ਉਹਦਾ ਪ੍ਰੇਮੀ ਸੀ ਉਹਦੇ ਦਵਾਰ ਤੱਕ ਪਹੁੰਚ ਗਈ ਦਵਾਰ ਖੁੱਲਾ ਸੀ ਉਹ ਅੰਦਰ ਪਹੁੰਚ ਗਈ ਪ੍ਰੇਮੀ ਕੁਝ ਲਿਖ ਰਿਹਾ ਸੀ ਉਹ ਸਾਹਮਣੀ ਬੈਠ ਕੇ ਦੇਖਣ ਲੱਗੀ ਉਹਦਾ ਲਿਖਣਾ ਪੂਰਾ ਹੋ ਜਾਏ ਪ੍ਰੇਮੀ ਉਸੇ ਨੂੰ ਪੱਤਰ ਲਿਖ ਰਿਹਾ ਸੀ ਪ੍ਰੇਮਿਕਾ ਨੂੰ ਪੱਤਰ ਲਿਖ ਰਿਹਾ ਸੀ ਤੇ ਇੰਨੇ ਦਿਨਾਂ ਤੋਂ ਉਨੇ بار-ਬਾਰ ਵਾਅਦਾ ਕੀਤਾ ਤੇ ਟੁੱਟ ਗਿਆ ਤਾਂ ਬਹੁਤ-ਬਹੁਤ ਮਾਫੀਆਂ ਮੰਗ ਰਿਹਾ ਸੀ। ਬਹੁਤ-ਬਹੁਤ ਪ੍ਰੇਮ ਦੀਆਂ ਗੱਲਾਂ ਲਿਖ ਰਿਹਾ ਸੀ। ਬੜੇ ਗੀਤ ਤੇ ਕਵਿਤਾਵਾਂ ਲਿਖ ਰਿਹਾ ਸੀ ਜਿਵੇਂ ਕਿ ਅਕਸਰ ਪ੍ਰੇਮੀ ਲਿਖਦੇ ਹਨ। ਉਹ ਸਭ ਲਿਖੀ ਤੁਰਿਆ ਜਾ ਰਿਹਾ ਸੀ। ਇੱਕ ਸਫ਼ਾ, ਦੋ ਸਫ਼ੇ, ਤਿੰਨ ਸਫ਼ੇ। ਪ੍ਰੇਮੀਆਂ ਦੇ ਪੱਤਰ ਪੂਰੇ ਤਾਂ ਹੁੰਦੇ ਹੀ ਨਹੀਂ। ਉਹ ਲੰਮੇ ਤੋਂ ਲੰਮੇ ਹੁੰਦੇ ਚਲੇ ਜਾਂਦੇ ਹਨ। ਉਹ ਲਿਖਦਾ ਹੀ ਤੁਰਿਆ ਜਾ ਰਿਹਾ ਹੈ। ਉਹਨੂੰ ਪਤਾ ਵੀ ਨਹੀਂ ਕਿ ਸਾਹਮਣੇ ਕੌਣ ਬੈਠਾ ਹੈ। ਅੱਧੀ ਰਾਤ ਹੋ ਗਈ। ਕਿੱਥੇ ਜਾ ਕੇ ਉਹ ਪੱਤਰ ਪੂਰਾ ਹੋਇਆ ਉਹਨੇ ਅੱਖਾਂ ਉੱਪਰ ਚੁੱਕੀਆਂ ਘਬਰਾ ਗਿਆ ਸਮਝਿਆ ਕੋਈ ਭੂਤ ਪ੍ਰੇਤ ਇਹ ਸਾਹਮਣੇ ਕੌਣ ਬੈਠਾ ਹੋਇਆ ਹੈ ਇਹ ਤਾਂ ਉਹਦੀ ਪ੍ਰੇਮਿਕਾ ਹੈ ਨਹੀਂ ਨਹੀਂ ਲੇਕਿਨ ਇਹ ਕਿਵੇਂ ਹੋ ਸਕਦਾ ਹੈ ਉਹ ਚਿੱਲਣ ਲੱਗ ਪਿਆ ਕਿ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਹੈ ਇੱਥੇ ਤੂੰ ਕਿਵੇਂ ਤੂੰ ਕਿਵੇਂ ਕਿੱਥੋਂ ਆ ਗਈ ਉਹਦੀ ਪ੍ਰੇਮਿਕਾ ਨੇ ਕਿਹਾ ਮੈਂ ਕਈ ਘੰਟਿਆਂ ਤੋਂ ਬੈਠੀ ਹਾਂ ਤੇ ਉਡੀਕ ਕਰ ਰਹੀ ਹਾਂ ਕਿ ਤੇਰਾ ਲਿਖਣ ਦਾ ਕੰਮ ਬੰਦ ਹੋ ਜਾਏ ਤਾਂ ਸ਼ਾਇਦ ਤੇਰੀ ਨਜ਼ਰ ਮੇਰੇ ਤੱਕ ਪਹੁੰਚੇ ਤਉ ਪ੍ਰੇਮੀ ਛਾਤੀ ਪਿਟ ਕੇ ਰੋਣ ਲੱਗਾ ਕਿ ਪਾਗਲ ਆ ਮੈਂ ਮੈਂ ਤੈਨੂੰ ਪੱਤਰ ਲਿਖ ਰਿਹਾ ਕਿ ਇਸ ਪੱਤਰ ਦੇ ਲਿਖਣ ਕਰਕੇ ਹੀ ਤੈਨੂੰ ਨਹੀਂ ਦੇਖ ਪਾ ਰਿਹਾ ਤੇ ਤੂੰ ਸਾਹਮਣੇ ਮੌਜੂਦ ਹੈ ਅੱਧੀ ਰਾਤ ਬੀਤ ਗਈ ਤੂੰ ਇੱਥੇ ਹੀ ਸੀ ਪਰਮਾਤਮਾ ਉਸ ਤੋਂ ਵੀ ਜ਼ਿਆਦਾ ਨੇੜੇ ਮੌਜੂਦ ਹੈ ਅਸੀਂ ਪਤਾ ਨਹੀਂ ਕੀ ਕੀ ਗੱਲਾਂ ਕਰੀ ਤੁਰੀ ਜਾ ਰਹੇ ਹਾਂ ਪਤਾ ਨਹੀਂ ਕੀ ਕੀ ਪੱਤਰ ਲਿਖ ਰਹੇ ਹਾਂ ਸ਼ਾਸਤਰ ਪੜ ਰਹੇ ਹਾਂ ਪਤਾ ਨਹੀਂ ਕਿਹੜੇ ਕਿਹੜੇ ਵਿਚਾਰ ਕਰ ਰਹੇ ਹਾਂ ਕੋਈ ਗੀਤਾ ਖੋਲ ਕੇ ਬੈਠਾ ਹੋਇਆ ਕੋਈ ਬਾਈਬਲ ਪੜ ਰਿਹਾ ਹੈ ਕੋਈ ਨਮੋ ਅਰਿਹੰਤਨਾਮ ਦੁਹਰਾ ਰਿਹਾ ਹੈ ਕੋਈ ਨਮੋ ਸ਼ਿਵਾਏ ਕਰ ਰਿਹਾ ਹੈ ਪਤਾ ਨਹੀਂ ਕਿ ਕਿ ਲੋਕ ਕਰ ਰਹੇ ਹਨ ਤੇ ਜਿਹਦੀ ਖਾਤਰ ਕਰ ਰਹੇ ਹਨ ਉਚਾਰ ਚ ਫੇਰੇ ਹਮੇਸ਼ਾ ਮੌਜੂਦ ਹੈ ਪਰ ਫੁਰਸਤ ਹੋਵੇ ਤਾਂ ਹੀ ਅੱਖ ਉੱਠੇ ਕੰਮ ਬੰਦ ਹੋਵੇ ਤਾਂ ਹੀ ਉਹ ਦਿਖਾਈ ਪਵੇ ਜੋ ਹੈ ਤਿੰਨਾ ਦਿਨਾਂ ਚ ਵਿਚਾਰ ਨੂੰ ਜਾਣ ਦੇਣਾ ਤੇ ਵਿਚਾਰ ਦੇ ਜਾਣ ਲਈ ਪਹਿਲੀ ਗੱਲ ਹੈ ਗੱਲਬਾਤ ਨੂੰ ਜਾਣਦੇ ਹੋ ਮੌਨ ਜੇ ਨਾ ਹੋ ਸਕੇ ਇਸ ਸਰੂ ਵਣ ਵਿੱਚ ਸਰੂ ਦੇ ਪੌਦਿਆਂ ਨੂੰ ਵੀ ਪਤਾ ਨਾ ਲੱਗੇ ਕਿ ਇੱਥੇ ਇੰਨੇ ਲੋਕ ਆ ਗਏ ਹਨ। ਉਹਨਾਂ ਨੂੰ ਪਤਾ ਵੀ ਨਾ ਲੱਗੇ ਕਿ ਇੱਥੇ ਇੰਨੇ ਲੋਕ ਹਨ। ਤੁਸੀਂ ਵੀ ਸਰੂ ਦੇ ਪੌਦੇ ਹੀ ਹੋ ਰਹਿਣਾ। ਇਹਨਾਂ ਤਿੰਨਾਂ ਦੇ ਨਾਲ ਲਈ ਉਹਨਾਂ ਦੇ ਕੋਲ ਬੈਠਣਾ ਤਾਂ ਮੌਨ ਜਿਵੇਂ ਕਿ ਪੌਦੇ ਮੌਨ ਹਨ। ਜਿਵੇਂ ਕਿ ਸਾਰਾ ਜਗਤ ਮੌਨ ਹੈ, ਇੱਕ ਕਣੀ ਚੁੱਪ ਹੈ। ਗੱਲਬਾਤ ਦੇ ਸੁਰ ਸਿਰਫ ਆਦਮੀ ਨੇ ਪੈਦਾ ਕੀਤੇ ਹਨ ਤੇ ਸਾਰੇ ਜੀਵਨ ਤੇ ਸੰਗੀਤ ਨੂੰ ਤੋੜ ਸੁੱਟਿਆ। ਤਿੰਨ ਦਿਨਾਂ ਦੇ ਲਈ ਦੂਜੀ ਕਲਰਸ ਕਰਨੀ ਚਾਹਨਾ ਮੌਨ ਤੇ ਆਸ ਤਾਂ ਮੇਰੀ ਇਹ ਹੈ ਕਿ ਸਾਰੇ ਲੋਕ ਮੌਨ ਹੋ ਜਾਣ ਬਹੁਤ ਜ਼ਰੂਰੀ ਹੋਵੇ ਕਦੇ ਦੋ ਚਾਰ ਗੱਲਾਂ ਜ਼ਰੂਰੀ ਹੋ ਸਕਦੀਆਂ ਹਨ ਤਾਂ ਸਰ ਸਕੇ ਤਾਂ ਲਿਖ ਕੇ ਕਰ ਲੈਣਾ ਸਰ ਸਕੇ ਤਾਂ ਇਸ਼ਾਰੇ ਨਾਲ ਕਰ ਲੈਣਾ ਨਹੀਂ ਸਰ ਸਕੇ ਤਾਂ ਬੋਲ ਕੇ ਕਰ ਲੈਣਾ ਲੇਕਿਨ ਇਹ ਧਿਆਨ ਰੱਖ ਕੇ ਕਿ ਉਹ ਬੋਲਣਾ ਟੈਲੀਗ੍ਰਾਫਿਕ ਹੋਵੇ ਉਹ ਬੋਲਣਾ ਜਿਹਾ ਹੀ ਹੋਵੇ ਜਿਵੇਂ ਤਾਰ ਭੇਜਣ ਵਾਲੇ ਆਦਮੀ ਕਰਦੇ ਦੇਖਦੇ ਕਿ ਕੰਨਾ ਹੋਰ ਵਧਿਆ ਜਾ ਰਿਹਾ ਹੈ ਇੱਕ ਸ਼ਬਦ ਹੋਰ ਕਟੋ ਦੂਜਾ ਸ਼ਬਦ ਕਟੋ ਅੱਠ ਨਾਲ ਹੀ ਕੰਮ ਸਾਰ ਜਾਏ ਸਰਕਾਰ ਨੇ ਪਹਿਲਾਂ ਦੱਸਦਾ ਹਿਸਾਬ ਰੱਖਿਆ ਸੀ ਹੁਣ ਉਹ ਅੱਠ ਨਾਲ ਹੀ ਲੋਕ ਸਾਰਨ ਲੱਗੇ ਉਹ 6 ਨਾਲ ਵੀ ਸਾਰ ਸਕਦਾ ਉਹ 5 ਨਾਲ ਵੀ ਸਾਰ ਸਕਦਾ ਕੱਟਦੇ ਤੁਰੇ ਜਾਣਾ ਜਿੰਨਾ ਜ਼ਰੂਰੀ ਹੋਵੇ ਉਹਨਾਂ ਸ਼ਬਦ ਤੇ ਬਾਕੀ ਸਭ ਨਿਰਸ਼ਬਦ ਬਾਕੀ ਸਭ ਮੌਤ ਤਾਂ ਦੇਖਣਾ ਕਿ ਤਿੰਨ ਦਿਨਾਂ ਅੰਚ ਕੀ ਨਹੀਂ ਹੋ ਸਕਦਾ ਮੈਨੂੰ ਚਾਹੁੰਦਾ ਕਿ ਇਥੋਂ ਤੁਸੀਂ ਖਾਲੀ ਹੱਥ ਵਾਪਸ ਮੁੜੋ ਪਰ ਕੁਝ ਕਰਨਾ ਜ਼ਰੂਰੀ ਹੈ ਮੈਂ ਚਾਹਨਾ ਜਾਣ ਵੇਲੇ ਤੁਸੀਂ ਦੂਜੇ ਆਦਮੀ ਹੋ ਕੇ ਪਰਤੋ ਤੇ ਮੈਨੂੰ ਖਿਆਲ ਹੈ ਕਿ ਮੈਂ ਜੋ ਕਹਿ ਰਿਹਾ ਉਸ ਤੇ ਥੋੜਾ ਜਿਹਾ ਪ੍ਰਯੋਗ ਕਰੋਗੇ ਤਾਂ ਨਿਸ਼ਚਿਤ ਹੀ ਤੁਸੀਂ ਜੋ ਆਦਮੀ ਆਏ ਸੀ ਉਹੀ ਤੁਹਾਨੂੰ ਵਾਪਸ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਬਿਲਕੁਲ ਦੂਜੇ ਆਦਮੀ ਹੋ ਕੇ ਵਾਪਸ ਪਰਤ ਸਕਦੇ ਹੋ ਉਹ ਤੁਹਾਡੇ ਹੱਥ ਵਿੱਚ ਹੈ ਲੇਕਿਨ ਕੁਝ ਕਰਨਾ ਜ਼ਰੂਰੀ ਹੈ ਤੇ ਕਰਨ ਦੇ ਲਈ ਮੈਂ ਸਰਲ ਜਿਹੀਆਂ ਗੱਲਾਂ ਦੱਸ ਰਿਹਾ ਜੇ ਮੈਂ ਕਹਣਾ ਤਿੰਨ ਦਿਨ ਬਿਲਕੁਲ ਗੱਲਬਾਤ ਕਰਨਾ ਕਦੇ ਇੱਕ ਛੇਨ ਵਿੱਚ ਚੁੱਪ ਨਾ ਰਹਿਣਾ ਤਾਂ ਜ਼ਰਾ ਕਠਨ ਵੀ ਹੋ ਸਕਦਾ ਸੀ ਪਰ ਮੈਂ ਕਹਿ ਰਹੀ ਹਾਂ ਚੁੱਪ ਹੋ ਜਾਓ ਲੇਕਿਨ ਤੁਹਾਨੂੰ ਇਹੀ ਕਠਨ ਲੱਗੇਗਾ ਕਿਉਂਕਿ ਉਹ ਗੱਲਬਾਤ ਨੇ ਤਾਂ ਪਾਗਲ ਸ਼ਕਲ ਧਾਰ ਲਈ ਹੈ ਅਸੀਂ ਉਹਨੂੰ ਕਰ ਰਹੇ ਹਾਂ ਸਾਨੂੰ ਪਤਾ ਵੀ ਨਹੀਂ ਹੈ ਅਸੀਂ ਕਿਉਂ ਕਰ ਰਹੇ ਹਾਂ ਕਿਸ ਲਈ ਬੋਲ ਰਹੇ ਹਾਂ ਕਿਉਂ ਬੋਲ ਰਹੇ ਹਾਂ ਕੀ ਮਕਸਦ ਹੈ ਉਹਦੇ ਬੋਲੇ ਜਾਣ ਦਾ ਨਹੀਂ ਕੁਝ ਵੀ ਪਤਾ ਨਹੀਂ ਹੈ ਕਿਉਂਕਿ ਖਾਲੀ ਨਹੀਂ ਬੈਠ ਸਕਦੇ ਇਸ ਲਈ ਕੁਝ ਕਰ ਰਹੇ ਆ ਇੱਕ ਆਦਮੀ ਸਿਗਰਟ ਪੀ ਰਿਹਾ ਕਿਉਂਕਿ ਖਾਲੀ ਨਹੀਂ ਬੈਠ ਸਕਦਾ ਦੂਜਾ ਆਦਮੀ ਗੱਲਬਾਤ ਕਰ ਰਿਹਾ ਕਿਉਂਕਿ ਖਾਲੀ ਨਹੀਂ ਬੈਠ ਸਕਦਾ ਪਰ ਸਾਡੇ ਬੁੱਲ ਚੱਲਦੇ ਰਹਿਣੇ ਚਾਹੀਦੇ ਹਨ ਚਾਹੇ ਸਿਗਰਟ ਪੀਣ ਵਿੱਚ ਚਾਹੇ ਗੱਲਬਾਤ ਕਰਨ ਚ ਜਿਨ੍ਹਾਂ ਮੁਲਕਾਂ 'ਚ ਇਸਤਰੀਆਂ ਸਿਗਰਟ ਪੀਣ ਲੱਗ ਗਈਆਂ ਹਨ ਉੱਥੇ ਇਸਤਰੀਆਂ ਨੇ ਗੱਲਬਾਤ ਘੱਟ ਕਰ ਦਿੱਤੀ ਹੈ ਤੇ ਜਿਨ੍ਹਾਂ ਮੁਲਕਾਂ 'ਚ ਉਹ ਸਿਗਰਟ ਨਹੀਂ ਪੀਂਦੀਆਂ ਉੱਥੇ ਉਹ ਆਦਮੀਆਂ ਨਾਲੋਂ ਜ਼ਿਆਦਾ ਗੱਲਬਾਤ ਕਰਦੀਆਂ ਹਨ ਮਾਮਲਾ ਕੋ ਲੈਣਾ ਹੈ ਕਿ ਬੁੱਲ ਚੱਲਦੇ ਰਹਿਣੇ ਚਾਹੀਦੇ ਹਨ ਚਾਹੇ ਸਿਗਰਟ ਪੀਓ ਚਾਹੇ ਗੱਲਬਾਤ ਕਰੋ ਬੁੱਲ ਚੱਲਦੇ ਰਹਿਣੇ ਚਾਹੀਦੇ ਹਨ ਕਿਉਂ ਕਿ ਬੁੱਲਾਂ ਦਾ ਇੰਨਾ ਜ਼ਿਆਦਾ ਚੱਲਣਾ ਅੰਦਰ ਮੰਨ ਦੇ ਅਸ਼ਾਂਤ ਹੋਣ ਦਾ ਸਬੂਤ ਹੈ ਮਨ ਬਾਣੀ ਨਾਲ ਬਹੁਤ ਗਹਿਰਾ ਸਬੰਧਿਤ ਹੈ ਕਿਉਂਕਿ ਮਨ ਬਾਣੀ ਤੋਂ ਹੀ ਪ੍ਰਗਟ ਹੁੰਦਾ ਹੈ ਮਨ ਹੈ ਅੰਦਰੂਨੀ ਬਾਣੀ ਬੁੱਲ ਹਨ ਬਾਹਰ ਜਾਣਾ ਬੁੱਲਾਂ ਤੋਂ ਹੀ ਮਨ ਪ੍ਰਗਟ ਹੁੰਦਾ ਹੈ ਮਨ ਕਿਉਂਕਿ ਬਹੁਤ ਬੇਚੈਨ ਤੇ ਪਰੇਸ਼ਾਨ ਹੈ ਇਸ ਲਈ ਬੁੱਲ ਦਿਨ ਰਾਤ ਕੰਬ ਰਹੇ ਹਨ ਬੋਲਣਾ ਚਾਹੁੰਦੇ ਹਨ ਕੁਝ ਕਹਿਣਾ ਚਾਹੁੰਦੇ ਹਨ ਜਦੋਂ ਪਰੇਸ਼ਾਨੀ ਹੋਰ ਵੱਧ ਜਾਂਦੀ ਹੈ ਤਾਂ ਸਰੀਰ ਦੇ ਦੂਜੇ ਹਿੱਸੇ ਵੀ ਹਿੱਲਣ ਲੱਗਦੇ ਹਨ ਇੱਕ ਆਦਮੀ ਕੁਰਸੀ ਤੇ ਬੈਠਾ ਸਿਰਫ ਟੰਗਾਂ ਹੀ ਹਿਲਾ ਰਿਹਾ ਹੈ ਕੋਈ ਉਹ ਤੋਂ ਪੁੱਛੇ ਕਿ ਭਾਈ ਸਾਹਿਬ ਕੀ ਹੋ ਗਿਆ ਇਹ ਟੰਗਾਂ ਕਿਉਂ ਹਿੱਲ ਰਹੀਆਂ ਉਹ ਇੱਕਦਮ ਟੰਗਾਂ ਰੁਕ ਜਾਣਗੇ ਤਾਂ ਬਹੁਤ ਗਰੋਧ ਨਾਲ ਤੁਹਾਨੂੰ ਦੇਖੇਗਾ ਤੇ ਉਹਨੂੰ ਖੁਦ ਵੀ ਪਤਾ ਨਹੀਂ ਕਿ ਟੰਗਾਂ ਕਿਉਂ ਹਿੱਲ ਰਹੀਆਂ ਹੁਣ ਬੁੱਲ ਹਿਲਾਉਣ ਨਾਲ ਕੰਮ ਨਹੀਂ ਚੱਲਦਾ ਹੁਣ ਹੱਥ ਪੈਰ ਸਰੀਰ ਤੇ ਦੂਜੀ ਅੰਗ ਵੀ ਹਿਲਾਉਣ ਦੀ ਜ਼ਰੂਰਤ ਹੈ ਮਨ ਇਹ ਨਾ ਅੰਦਰ ਕੰਬ ਰਿਹਾ ਹੈ ਬੁੱਧ ਦੀ ਮੂਰਤੀ ਦੇਖਣਾ ਜਾਂ ਮਹਾਵੀਰ ਦੀ ਤਾਂ ਇੱਕ ਗੱਲ ਉਸ ਮੂਰਤੀ ਚ ਦਿਸੇਗੀ ਕਿ ਜਿਵੇਂ ਕੋਈ ਅਣਕੰਬ ਜਿਵੇਂ ਕਿਤੇ ਕੋਈ ਹਿੱਲਣ-ਜੁਲਣ ਨਹੀਂ ਸਭ ਮੌਨ ਸਭ ਚੁੱਪ ਸਭ ਸ਼ਾਂਤ ਹੋ ਗਿਆ ਇੱਕ ਆਦਮੀ ਬੁੱਧ ਦੇ ਕੋਲ ਗਿਆ ਸੀ ਸਾਹਮਣੇ ਬੈਠਾ ਸੀ ਤੇ ਜ਼ੋਰ ਨਾਲ ਆਪਣੇ ਪੈਰ ਦਾ ਅੰਗੂਠਾ ਹਿਲਾ ਰਿਹਾ ਸੀ ਬੋਧਾਤਮਾ ਪਰਮਾਤਮਾ ਦੀਆਂ ਗੱਲਾਂ ਕਰ ਰਹੇ ਸਨ ਬੰਦ ਕਰ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਭਈ ਇੱਕ ਬੜੀ ਗੜਬੜ ਇੱਥੇ ਇੱਕ ਆਦਮੀ ਕਰ ਰਿਹਾ ਹੈ ਉਹ ਪੈਰ ਦਾ ਅੰਗੂਠਾ ਹਿਲਾ ਰਿਹਾ ਹੈ ਤੇ ਜਦ ਤੱਕ ਇਹ ਅੰਗੂਠਾ ਬੰਦ ਨਹੀਂ ਕਰਦਾ ਮੈਂ ਗੱਲ ਨਹੀਂ ਕਰਾਂਗਾ ਕਿਉਂਕਿ ਜਦ ਤੱਕ ਇਹਦਾ ਅੰਗੂਠਾ ਹਿਲ ਰਿਹਾ ਹੈ ਤਦ ਤੱਕ ਮੇਰਾ ਗੱਲਾਂ ਕਰਨਾ ਫਜ਼ੂਲ ਹੈ ਉਸ ਆਦਮੀ ਨੇ ਕਿਹਾ ਤੁਸੀਂ ਵੀ ਕੀ ਗੱਲਾਂ ਕਰਦੇ ਹੋ ਮੇਰੇ ਅੰਗੂਠੇ ਨਾਲ ਤੁਹਾਡਾ ਕੀ ਬਣਵੇ ਕਰ ਰਿਹਾ ਹੈ ਬੁੱਧ ਪੁੱਛਣ ਲੱਗੇ ਜੇ ਤੂੰ ਦੱਸ ਦੇਵੇਂ ਕੀ ਅੰਗੂਠਾ ਕਿਉਂ ਹਿਲਾ ਰਿਹਾ ਤੇ ਫਿਰ ਮੈਂ ਗੱਲ ਅੱਗੇ ਤੋੜਾਂ ਉਹ ਆਦਮੀ ਨੇ ਕਿਹਾ ਮੈਨੂੰ ਕੁਝ ਪਤਾ ਨਹੀਂ ਬਸ ਐਵੇਂ ਹਿਲ ਰਿਹਾ ਸੀ ਬੁੱਧ ਨੇ ਕਿਹਾ ਤੇਰਾ ਅੰਗੂਠਾ ਐਵੇਂ ਹਿਲ ਰਿਹਾ ਸੀ ਹੱਦ ਹੋ ਗਈ ਅੰਗੂਠਾ ਤੇਰਾ ਹੈ ਕਿ ਮੇਰਾ ਅੰਗੂਠਾ ਕਿਸ ਦਾ ਹੈ ਉਹ ਆਦਮੀ ਬੋਲਿਆ ਮੇਰਾ ਹੈ ਬੁੱਧ ਨੇ ਕਿਹਾ ਫਿਰ ਤੂੰ ਇਹ ਕਿਉਂ ਨਹੀਂ ਦੱਸਦਾ ਕਿ ਹਿੱਲਦਾ ਕਿਉਂ ਹੈ ਹੁਣ ਬੰਦ ਕਿਉਂ ਹੋ ਗਿਆ ਨਹੀਂ ਸਾਨੂੰ ਕੁਝ ਪਤਾ ਨਹੀਂ ਅੰਦਰ ਕੰਬਣੀ ਹੈ ਮਨ ਵਿੱਚ ਮਨ ਬਹੁਤ ਕੰਬ ਰਿਹਾ ਉਦੀ ਕੰਬਣੀ ਸਾਰੇ ਸਰੀਰ 'ਚ ਫੈਲਦੀ ਤੁਰੇ ਜਾਂਦੀ ਹੈ। ਸਭ ਤੋਂ ਪਹਿਲਾਂ ਬੁੱਲਾਂ ਤੇ ਆਉਂਦੀ ਹੈ। ਕਿਉਂਕਿ ਮਨ ਦੇ ਸਭ ਤੋਂ ਨੇੜੇ ਬੁੱਲ ਹਨ। ਉਸ ਤੋਂ ਬਾਅਦ ਸਾਰੇ ਸਰੀਰ 'ਚ ਫੈਲਣੀ ਸ਼ੁਰੂ ਹੋ ਜਾਂਦੀ ਹੈ। ਨਹੀਂ, ਬੁੱਲਾਂ ਦੀ ਕੰਬਣੀ ਨੂੰ ਅਤ ਕੰਬਣੀ ਨੂੰ ਰੋਕਣਾ ਜ਼ਰੂਰੀ ਹੈ। ਤੈਨਾਂ ਤਿੰਨਾਂ ਦਿਨਾਂ 'ਚ ਬੁੱਲਾਂ ਦੀ ਕੰਬਣੀ ਉੱਤੇ ਜ਼ਰਾ ਕਿਰਪਾ ਕਰਨਾ, ਉਹਨੂੰ ਵਿਸ਼ਰਾਮ 'ਚ ਜਾਣ ਦੇਣਾ ਤੇ ਧਿਆਨ ਰੱਖਣਾ ਕਿ ਬੜੀ ਬੜਾ ਹੈਰਾਨੀਜਨਕ ਅਨੁਭਵ ਹੋ ਸਕਦਾ ਹੈ। ਕਿਉਂਕਿ ਜਿਵੇਂ ਹੀ ਤੁਸੀਂ ਮੌਨ ਹੋਵੋਗੇ ਤਾਨੂੰ ਚਾਰਚ ਫੇਰੇ ਜੇ ਕੁਦਰਤ ਤੇ ਪਰਮਾਤਮਾ ਦੀਆਂ ਦੁਨੀਆਂ ਹਨ ਉਹ ਕਣੀਆਂ ਹੋ ਕੇ ਸੁਣਾਈ ਪੈਣ ਲੱਗਣਗੀਆਂ ਇਹ ਸਮੁੰਦਰ ਦੀ ਗਰਜਣਾ ਵੀ ਤੁਹਾਨੂੰ ਤਦੇ ਸੁਣਾਈ ਪਵੇਗੀ ਜਦ ਤੁਸੀਂ ਮੌਨ ਹੋਗੇ ਜੋ ਮੈਂ ਕਹਿ ਰਿਹਾ ਉਹ ਵੀ ਤੁਹਾਨੂੰ ਤਦੇ ਸੁਣਾਈ ਪਵੇਗਾ ਜਦ ਤੁਸੀਂ ਮੌਨ ਹੋਗੇ ਨਹੀਂ ਤਾਂ ਅੰਦਰ ਕੰਬਣੀ ਚੱਲ ਰਹੀ ਹੈ ਮੈਂ ਕਰੀਬ ਕਰੀਬ ਕੰਧਾਂ ਅੱਗੇ ਬੋਲ ਰਿਹਾ ਹਾਂ ਇੱਕ ਫਕੀਰ ਸੀ ਬਹੁਤ ਧਰਮ ਬੜਾ ਵਧੀਆ ਫਕੀਰ ਸੀ ਦੁਨੀਆ 'ਚ ਥੋੜੇ ਜਿਹੀ ਵਧੀਆ ਫਕੀਰ ਹੋਏ ਹਨ ਉਹਨਾਂ 'ਚ ਇੱਕੋ ਵੀ ਸੀ ਉਹ ਹਮੇਸ਼ਾ ਜੇ ਤੁਸੀਂ ਉਹਨੂੰ ਮਿਲਣ ਜਾਂਦੇ ਤਾਂ ਤੁਹਾਡੇ ਵੱਲ ਪਿੱਟ ਕਰਕੇ ਬੈਠ ਜਾਂਦਾ ਉਹ ਹਮੇਸ਼ਾ ਕੰਧ ਵੱਲ ਨੂੰ ਮੂੰਹ ਕਰਕੇ ਬੈਠਦਾ ਸੀ ਤੇ ਆਦਮੀਆਂ ਵੱਲ ਪਿੱਟ ਲੋਕਾਂ ਨੂੰ ਗੁੱਸਾ ਆਉਂਦਾ ਲੋਕ ਪੁੱਛਦੇ ਇਹ ਕਿ ਉਹ じゃ ਸ਼ਿਸ਼ਟਾਚਾਰ ਹੈ ਅਸੀਂ ਮਿਲਣ ਆਏ ਹਾਂ ਤੁਸੀਂ ਕੰਧ ਵੱਲ ਮੂੰਹ ਕਰੀ ਬੈਠੇ ਹੋ ਸਾਡੇ ਵੱਲ ਨੂੰ ਪਿੱਟ ਬਹੁਤ ਧਰਮ ਕਹਿੰਦਾ ਕੰਧ ਵੱਲ ਮੂੰਹ ਕਰਕੇ ਬੈਠਣ ਨਾਲ ਇੱਕ ਗੱਲ ਤਾਂ ਮਨ 'ਚ ਰਹਿੰਦੀ ਹੈ ਕਿ ਕੋਈ ਹਰਜ ਨਹੀਂ ਕੰਧ ਹੈ ਨਹੀਂ ਸੁਣਦੀ ਤਾਂ ਕੋਈ ਹਰਜ਼ ਨਹੀਂ ਲੇਕਿਨ ਤੁਹਾਡੇ ਵੱਲ ਮੂੰਹ ਕਰਨ ਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਅਸੀਂ ਕਹੀ ਤੁਰੇ ਜਾਂਦੇ ਹਾਂ ਤੁਸੀਂ ਸੁਣਦੇ ਨਹੀਂ ਤੁਸੀਂ ਵੀ ਕੰਧੋ ਤੇ ਕਿਤੇ ਗੁੱਸਾ ਨਾ ਆ ਜਾਏ ਇਸ ਲਈ ਮੈਂ ਕੰਧ ਵਾਲੀ ਮੂੰਹ ਰੱਖਦਾ ਤੇ ਕੰਧ ਉੱਤੇ ਗੁੱਸਾ ਕਰਨ ਦੀ ਵੀ ਲੋੜ ਨਹੀਂ ਕੰਧ ਯਾਨੀ ਕੰਧ ਹੈ ਨਹੀਂ ਸੁਣਦੀ ਕੋਈ ਹਰਜ਼ ਨਹੀਂ ਲੇਕਿਨ ਤੁਸੀਂ ਉਹ ਆਦਮੀ ਤੁਸੀਂ ਵੀ ਨਹੀਂ ਸੁਣਦੇ ਇਸ ਲਈ ਮੈਂ ਪਿੱਠ ਕਰਦਾ ਤੁਹਾਡੀ ਤਰਫ ਤੁਸੀਂ ਮੌਨ ਹੋਗੇ ਤਦੇ ਸੁਣ ਸਕੋਗੇ ਮੈਂ ਕੀ ਕਹਿ ਰਿਹਾ ਜਾਂ ਜੀਵਨ ਕੀ ਕਹਿ ਰਿਹਾ ਤਾਂ ਦੂਜੀ ਬਹੁਤ ਜ਼ਰੂਰੀ ਗੱਲ ਇੱਥੋਂ ਮੁੜਦਿਆਂ ਇੱਕ ਮੁਕੰਮਲ ਸਨਾਟਾ ਛਾ ਜਾਣਾ ਚਾਹੀਦਾ ਹੈ ਤਿੰਨ ਦਿਨਾਂ ਲਈ ਹਿੰਮਤ ਕਰਨਾ ਇੱਕ ਪ੍ਰਯੋਗ ਕਰਨਾ ਤਿੰਨ ਦਿਨਾਂ ਚ ਤੁਹਾਡਾ ਕੁਝ ਵਿਗੜ ਨਹੀਂ ਜਾਏਗਾ ਚੁੱਪ ਹੋਣ ਨਾਲ ਕੀ ਖੋਦਿਓਗੇ ਤੁਸੀਂ ਦੇਖਣਾ ਤੇ ਦੂਜਿਆਂ ਨੂੰ ਵੀ ਮੌਨ ਬਣਾਉਣ ਚ ਸਹਾਇਕ ਬਣਨਾ ਅਸੀਂ ਸਾਰੇ ਇਸ ਤਰ੍ਹਾਂ ਦੇ ਲੋਕਾਂ ਜਿਹਦਾ ਕੋਈ ਹਿਸਾਬ ਨਹੀਂ ਜੇ ਕੋਈ ਇੱਕ ਵਿਅਕਤੀ ਮੌਨ ਹੋਣ ਲੱਗੇਗਾ ਤਾਂ ਚਾਰ ਬੰਦੇ ਕਹਿਣਗੇ ਓਏ ਕੀ ਹੋ ਗਿਆ ਉਏ ਕੀ ਹੋ ਗਿਆ ਮੌਨ ਆ ਗਿਆ ਨਾ ਗੱਲਾਂ ਚ ਚਾਰ ਬੰਦੇ ਉਹਨੂੰ ਕਹਿਣਗੇ ਅੱਛਾ ਤੁਸੀਂ ਆ ਗਏ ਬੜੇ ਧਿਆਨੀ ਬਣ ਰਹੀ ਸੀ ਮੌਨ ਹੋ ਗਏ ਹੋ ਅਸੀਂ ਹੱਦ ਦਰਜੇ ਦੇ ਬੇਵਕੂਫਾਂ ਸਾਡੀ ਮੂੜਤਾ ਦੀ ਕੋਈ ਸੀਮਾ ਨਹੀਂ ਅਸੀਂ ਕਿਸੇ ਆਦਮੀ ਦੇ ਠੀਕ ਰਸਤੇ ਤੇ ਜਾਂਦੇ ਹਮੇਸ਼ਾ ੜਿੱਕਾ ਬਣਦੇ ਆ ਨਹੀਂ ਤੁਸੀਂ ਮੌਨ ਹੋਣਾ ਤੇ ਨਾਲ ਵਾਲਾ ਮੌਨ ਹੋ ਸਕੇ ਦੀ ਸਹੂਲਤ ਦੇਣੀ ਹੈ ਕਿਸੇ ਦਾ ਮੌਨ ਤੋਂ ਹੱਥੋਂ ਨਾ ਟੁੱਟੇ ਇਹਦੀ ਫਿਕਰ ਕਰਨੀ ਹੈ ਇਨਾ ਦਿਨ ਦਿਨਾਂ ਚ ਇਹ ਪ੍ਰਯੋਗ ਕਰਨਾ ਹੈ ਗਹਿਰੇ ਤੋਂ ਗਹਿਰਾ ਕਿ ਤੁਸੀਂ ਇੰਨੇ ਚੁੱਪ ਹੋ ਜਾਓ ਕਿ ਤੁਸੀਂ ਚੁੱਪ ਹੀ ਹੋ ਕੁਝ ਵੀ ਨਹੀਂ ਹੋਸ ਤਦ ਮੈਂ ਕੱਲ ਸਵੇਰ ਤੋਂ ਜੋ ਗੱਲਾਂ ਤੁਹਾਡੇ ਨਾਲ ਕਰਨ ਵਾਲਾ ਉਹ ਸੁਣਾਈ ਪੈ ਸਕਣਗੀਆਂ ਤੇ ਉਹ ਗੱਲਾਂ ਤਦੇ ਪ੍ਰਯੋਗ ਕਰ ਸਕੋਗੇ ਜਦ ਮੌਨ ਸਾਥ ਹੋਵੇ ਨਹੀਂ ਤਾਂ ਉਹਨਾਂ ਦਾ ਪ੍ਰਯੋਗ ਨਹੀਂ ਹੋ ਸਕੇਗਾ ਇਹ ਦੂਜੀ ਗੱਲ ਹੈ ਤੀਜੀ ਗੱਲ ਕੱਲ ਤੋਂ ਬਲਕੇ ਅੱਜ ਤੋਂ ਹੀ ਹੁਣੇ ਤੋਂ ਅੱਖ ਨੂੰ ਨੱਕ ਦੀ ਸੇਧ ਰੱਖਣਾ ਹੈ ਪੂਰੀ ਅੱਖ ਖੋਲਣ ਦੀ ਜ਼ਰੂਰਤ ਨਹੀਂ ਹੈ ਅੱਖੇ ਨਹੀਂ ਖੁੱਲਹੀ ਰਹੀ ਕਿ ਨੱਕ ਦਾ ਅਗਲਾ ਹਿੱਸਾ ਦਿਸਦਾ ਰਹੇ ਜੇ ਤੁਸੀਂ ਰਾਹ ਤੇ ਤੁਰ ਰਹੇ ਹੋ ਤਾਂ ਤੁਹਾਨੂੰ ਚਾਰ ਕਦਮ ਹੀ ਜ਼ਮੀਨ ਦੇ ਸੇ ਬਸ ਅੱਖੇ ਨਹੀਂ ਖੁੱਲਹੀ ਹੋ ਗਈ ਨੱਕ ਦਾ ਅਗਲਾ ਹਿੱਸਾ ਦਿਖਾਈ ਤੇ ਪੈਂਦਾ ਰਹੇ ਇੰਨੀ ਅੱਖ ਖੁੱਲੀ ਰਹੇ ਤੁਸੀਂ ਹੈਰਾਨ ਹੋਗੇ ਕਿ ਅਗਲਾ ਹਿੱਸਾ ਨੱਕ ਦਾ ਦਿਸਦਾ ਰਹੇ ਇੰਨੀ ਅੱਖ ਖੁੱਲੀ ਹੋਏਗੀ ਤਾਂ ਮਨ ਇੱਕ ਅਸੀਮ ਸ਼ਾਂਤੀ ਚ ਪ੍ਰਵੇਸ਼ ਕਰਦਾ ਹੈ ਜਿਵੇਂ ਮੈਂ ਕਿਹਾ ਬੁੱਲਾ ਨਾਲ ਸੰਬੰਧ ਹਨ ਮਨ ਦੇ ਇਤੇ ਅੱਖ ਜਦ ਥਿਰ ਹੋ ਜਾਂਦੀ ਹੈ ਤੇ ਚਰਚ ਫੇਰੇ ਫਜ਼ੂਲ ਦੇ ਝਟਕਿਆਂ ਨੂੰ ਸਵੀਕਾਰ ਨਹੀਂ ਕਰਦੀ ਤਾਂ ਅੱਖ ਦੇ ਅੰਦਰ ਜੋ ਤੰਤੂਆਂ ਦਾ ਵੱਡਾ ਜਾਲ ਹੈ ਜਿਸ ਨਾਲ ਮਨ ਦਾ ਸਬੰਧ ਹੈ ਉਹ ਸਾਰੇ ਤੰਤੂ ਸ਼ਾਂਤ ਹੋ ਜਾਂਦੇ ਹਨ ਪੂਰੀ ਅੱਖ ਇਸੇ ਵਰਚ ਨਹੀਂ ਖੋਲਣੀ ਹੈ ਠੀਕ ਦਿਸਦਾ ਰਹੇ ਨਹੀਂ ਅੱਖ ਖੋਲਣੀ ਹੈ ਅੱਧ ਖੁੱਲੀ ਅੱਖ ਤੁਰਦੇ ਉੱਠਦੇ ਬੈਠਦੇ ਖਾਣਾ ਖਾਂਦੇ ਹਰ ਵੇਲੇ ਧਿਆਨ ਰੱਖਣਾ ਹੈ ਕਿ ਅੱਖੇ ਨਹੀਂ ਖੁੱਲ੍ਹੀ ਰਹੇ ਕਿ ਨੱਕ ਦਿਸਦਾ ਰਹੇ ਤਿੰਨ ਦਿਨਾਂ ਦੇ ਲਈ ਤੁਸੀਂ ਹੈਰਾਨ ਹੋ ਜਾਓਗੇ ਅश्चਰਜ ਨਾਲ ਭਰ ਜਾਓਗੇ ਕਿ ਕੀ ਹੋ ਸਕਦਾ ਹੈ ਇੰਨੇ ਕੋ ਛੋਟੇ ਜਿਹੇ ਪ੍ਰਯੋਗ ਨਾਲ ਅੰਦਰ ਮਨ ਚ ਕੀ ਨਤੀਜੇ ਹੋ ਸਕਦੇ ਹੈ ਅੱਖ ਸੋਮਾ ਹੈ ਸਾਡੇ ਮਾਨਸਿਕ ਜੀਵਨ ਦਾ ਜ਼ਿੰਦਗੀ ਚ ਜ਼ਿਆਦਾਤਰ ਝਟਕੇ ਸਾਡੀ ਅੱਖ ਤੋਂ ਪ੍ਰਵੇਸ਼ ਕਰਦੇ ਹਨ ਤੇ ਚਿੱਤ ਦੇ ਤੰਤੂਆਂ ਨੂੰ ਡਾਵਾਂ ਡੋਲ ਕਰਦੇ ਹਨ ਤਣਾਉ ਨਾਲ ਭਰਦੇ ਹਨ ਅੱਖ ਜੇ ਅੱਧੀ ਖੁੱਲੀ ਹੋਵੇ ਤਾਂ ਰਿਲੈਕਸਡ ਹੁੰਦੀ ਹੈ ਉਸ ਤੋਂ ਕੋਈ ਤਣਾਅ ਨਹੀਂ ਰਹਿ ਜਾਂਦਾ ਤੁਸੀਂ ਅੱਧੀ ਅੱਖ ਖੋਲ ਕੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਮਨ ਇੱਕਦਮ ਰਿਲੈਕਸਡ ਨਿਸਲ ਹੋ ਗਿਆ ਮਨ ਅੰਦਰ ਇੱਕਦਮ ਸ਼ਾਂਤ ਹੋ ਗਿਆ ਤਾਂ ਹੁਣੇ ਇੱਥੇ ਇਸੇ ਬੈਠਕ ਤੋਂ ਬਾਅਦ ਹੀ ਅੱਧੀ ਅੱਖ ਜ਼ਰਾ ਧਿਆਨ ਰੱਖਣਾ ਪਾਏਗਾ ਕਿ ਕੱਲ ਦੁਪਹਿਰ ਹੁੰਦੇ ਹੁੰਦੇ ਆ ਅੱਖ ਚੇਤੇ ਚ ਰਹਿ ਜਾਏਗੀ ਤੇ ਅੱਧੀ ਖੁੱਲੀ ਰਹੇਗੀ ਤਰੋਂ ਤਾਂ ਵੀ ਅੱਖ ਅੱਧੀ ਖੁੱਲੀ ਰਹੇਗੀ ਬੈਠੋਤਾ ਹਾਂ ਵੀ ਉੱਠੋਤਾ ਵੀ ਖਾਣਾ ਖਾਉਤਾ ਵੀ ਉਹ ਤੁਹਾਡੇ ਮੌਨ ਵਿੱਚ ਵੀ ਸਹਾਇਕ ਹੋਏਗੀ ਹਰ ਹਾਲਤ ਅੱਖ ਅੱਧੀ ਖੁੱਲੀ ਰਹੇਗੀ ਅੱਖ ਦੀਆਂ ਪਲਕਾਂ ਸਾਡੇ ਤਣਾਵਾਂ ਦੇ ਜ਼ਿਆਦਾਤਰ ਕਾਰਨ ਹੁੰਦੀਆਂ ਹਨ ਪਲਕਾਂ ਜਿੰਨੀਆਂ ਜ਼ਿਆਦਾ ਖੁੱਲੀਆਂ ਹੋਣ ਉਹਨਾਂ ਹੀ ਮਨ ਜ਼ਿਆਦਾ ਤਣਾਅ ਨਾਲ ਭਰ ਜਾਂਦਾ ਹੈ ਉਸ ਤਣਾਅ ਦੀ ਹਾਲਤ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਦੇ ਹਨ ਤੁਸੀਂ ਜੇ ਦੇਖਿਆ ਹੋਵੇ ਨਿਤਾਵਾਂ ਦਾ ਮੰਚ ਤਾਂ ਤੁਸੀਂ ਖਿਆਲ ਕੀਤਾ ਹੋਵੇਗਾ ਕਿ ਪੰਡਿਤ ਨਹਿਰੂ ਦਾ ਮੰਚ ਕਿੰਨਾ ਉੱਚਾ ਬਣਦਾ ਸੀ ਤੁਹਾਨੂੰ ਪਤਾ ਹੈ ਉਹਨਾਂ ਉੱਚਾ ਮੰਚ ਬਣਾਉਣ ਦੀ ਕੀ ਜ਼ਰੂਰਤ ਹੈ ਸ਼ਾਇਦ ਤੁਹਾਨੂੰ ਨਹੀਂ ਪਤਾ ਤੁਹਾਡੀ ਅੱਖ ਪੂਰੀ ਦੀ ਪੂਰੀ ਰਹੇ ਤੇ ਉੱਪਰ ਦੇਖਦੀ ਰਹੇ ਤੇ ਧਣੀ ਰਹੇ ਹਿਟਲਰ ਵੀ ਉਹਨਾਂ ਹੀ ਉੱਚਾ ਮੰਚ ਬਣਾਉਂਦਾ ਸੀ ਦੁਨੀਆ ਦੇ ਸਾਰੇ ਨੇਤਾ ਉਹਨਾਂ ਹੀ ਉੱਚਾ ਮੰਚ ਬਣਾਉਂਦੇ ਹਨ ਉਹਦਾ ਮਨੋਵਿਗਿਆਨਕ ਕਾਰਨ ਹੈ ਉਹਦਾ ਕਾਰਨ ਹੈ ਅੱਖ ਜਿੰਨੀ ਖਿੱਚੀ ਹੋਏਗੀ ਮਨ ਨੂੰ ਤਣਾਅ ਨਾਲ ਭਰ ਜਾਏਗਾ ਤੇ ਅੱਖ ਜਿਨੀ ਉੱਪਰ ਦੀ ਤਰਫ ਦੇਖਦੀ ਰਹੇਗੀ ਥੋੜੀ ਦੇਰ ਚ ਤੁਹਾਡੀ ਸੋਚ ਵਿਚਾਰ ਮੰਦ ਪੈ ਜਾਏਗੀ ਤੁਸੀਂ ਹਿਪਨੋਟਿਕ ਹਾਲਤ ਵਿੱਚ ਆ ਜਾਓਗੇ ਤੁਸੀਂ ਸਮੋਹਿਤ ਅਵਸਥਾ 'ਚ ਆ ਜਾਓਗੇ ਤੇ 5 ਮਿੰਟ ਤੱਕ ਅੱਖ ਨੂੰ ਪੂਰੀ ਤਰ੍ਹਾਂ ਖੋਲਿਆ ਜਾਏ ਉੱਪਰ ਵੱਲ ਦੇਖਿਆ ਜਾਏ ਤਾਂ ਅੱਖ ਅੰਦਰਲੇ ਤੰਤੂ ਤਣਾਅ ਨਾਲ ਭਰ ਜਾਂਦੇ ਹਨ ਸੋਚ ਵਿਚਾਰ ਬੰਦ ਹੋ ਜਾਂਦਾ ਹੈ ਸਮਝ ਖਤਮ ਹੋ ਜਾਂਦੀ ਹੈ ਆਦਮੀ ਇੱਕ ਤਰ੍ਹਾਂ ਦੀ ਹਿਪ ਪਨੋਟਿਕ ਸਲੀਪ ਇੱਕ ਤਰ੍ਹਾਂ ਦੀ ਸਮੋਹਿਤ ਨਿੰਜੇ ਦਾਖਲ ਹੋ ਜਾਂਦਾ ਹੈ ਉਸ ਹਾਲਤ ਵਿੱਚ ਉਹਨੂੰ ਜੀ ਜੋ ਕਿਹਾ ਜਾਏਗਾ ਉਹ ਮੰਨ ਲਏਗਾ ਇਸ ਲਈ ਦੁਨੀਆ ਦੇ ਰਾਜਨੀਤਿਕ ਉੱਚੇ ਮੰਚ ਬਣਾਉਂਦੇ ਹਨ ਤਾਂ ਜੋ ਜੋ ਵੀ ਕਹਿਣ ਤੁਸੀਂ ਮੰਨ ਲਓ ਹਿਟਲਰ ਤਾਂ ਮੰਚ ਤੇ ਪ੍ਰਕਾਸ਼ ਵੀ ਰੱਖਦਾ ਸੀ ਕਈ ਹਜ਼ਾਰਾਂ ਕੈਂਡਲ ਤੇ ਬਲਬ ਚਾਰ ਚਫੇਰੇ ਤੇ ਸਾਰੇ ਥੀਏਟਰ ਚ ਹਨੇਰਾ ਕਰਵਾ ਦਿੰਦਾ ਸੀ ਤਾਂ ਜੋ ਕਿਸੇ ਆਦਮੀ ਦੀ ਅੱਖ ਦੂਜੇ ਨੂੰ ਨਾ ਦੇਖੇ ਸਿਰਫ ਹਿਟਲਰ ਦਿਖਾਈ ਦੇਵੇ ਤੇ ਉਹਦੇ ਚਿਹਰੇ ਤੇ ਭਾਰੀ ਪ੍ਰਕਾਸ਼ ਤਾਂ ਜੋ ਉਹੀ ਉਹ ਦਿਸਦਾ ਰਹੇ ਘੰਟਾ ਪਰ ਤੇ ਉੱਚਾ ਮੰਚ ਅੱਖਾਂ ਧਣੀਆਂ ਰਹਿਣ ਇਸ ਹਾਲਤ 'ਚ ਹਿਟਲਰ ਜੋ ਵੀ ਕਹੇਗਾ ਲੋਕ ਮੰਨ ਲੈਣਗੇ ਉਹ ਸਜੈਸਟਿਵ ਹਾਲਤ ਹੋ ਜਾਂਦੀ ਹੈ ਅੱਖ ਵਿੱਚ ਅੱਖ ਜਿੰਨੀ ਨਿਸਲ ਹੋਏਗੀ ਸ਼ਾਂਤ ਹੋਏਗੀ ਢਿੱਲੀ ਹੋਏਗੀ ਅੱਖ ਖੁੱਲੀ ਹੋਏਗੀ ਉਨੀ ਤੁਸੀਂ ਜਾਗਰਤ ਅਵਸਥਾ 'ਚ ਹੋਗੇ ਅੱਖ ਜਿੰਨੀ ਖੁੱਲੀ ਹੋਏਗੀ ਤੇਜ਼ੀ ਨਾਲ ਖੁੱਲੀ ਹੋਏਗੀ ਉਹਨਾਂ ਹੀ ਤੁਹਾਨੂੰ ਮੂਰਛਾ 'ਚ ਲੈ ਜਾਣਾ ਆਸਾਨ ਹੈ ਤੈਨੂੰ ਬੇਹੋਸ਼ ਕੀਤਾ ਜਾ ਸਕਦਾ ਹੈ ਜੇ ਤੁਸੀਂ ਹਿਪਨੋਟਿਕ ਜਾਂ ਮੈਸਮਰੀਜ਼ਮ ਕਰਨ ਵਾਲੇ ਲੋਕਾਂ ਨੂੰ ਦੇਖਿਆ ਹੋਵੇ ਤੁਹਾਨੂੰ ਪਤਾ ਹੋਵੇਗਾ ਉਹ ਕਹਿਣਗੇ ਪੂਰੀ ਅੱਖ ਖੋਲ ਕੇ ਸਾਡੀਆਂ ਅੱਖਾਂ 'ਚ ਚਾਹ ਕੋ 5 ਮਿੰਟਾਂ ਬਾਅਦ ਤੁਸੀਂ ਬੇਹੋਸ਼ੀ ਦੀ ਹਾਲਤ 'ਚ ਹੋ ਜਾਓਗੇ ਕਿਉਂਕਿ ਪੂਰੀ ਤਰ੍ਹਾਂ ਅੱਖ ਖੋਲਣਾ ਮਨ ਤੇ ਇੰਨਾ ਤਣਾਅ ਇੰਨਾ ਟੈਨਸ਼ਨ ਪਾਉਣਾ ਹੈ ਕਿ ਉਸ ਟੈਨਸ਼ਨ ਦੀ ਹਾਲਤ ਵਿੱਚ ਮਨ ਸੁਚੇਤ ਨਹੀਂ ਰਹਿ ਸਕਦਾ ਅਤ ਤਣਾਅ ਦੇ ਕਾਰਨ ਬੇਹੋਸ਼ ਹੋ ਜਾਂਦਾ ਹੈ ਮੁਰਛਿਤ ਹੋ ਜਾਂਦਾ ਹੈ ਗੂੜੀ ਨੀਂਦ 'ਚ ਚਲੇ ਜਾਂਦਾ ਹੈ ਇਸ ਲਈ ਤਰਟਕ ਜਦ ਦੀਵਾ ਜਗਾ ਕੇ ਲੋਕ ਧਿਆਨ ਕਰਦੇ ਹਨ ਉਹ ਧਿਆਨ ਨਹੀਂ ਹੈ ਉਹ ਖੁਦ ਨੂੰ ਸੁਵਾਉਣ ਦੀਆਂ ਤਰਕੀਬਾਂ ਹਨ ਉਹ ਸਭ ਨੀਂਦ 'ਚ ਜਾਣਦੀਆਂ ਦਵਾਈਆਂ ਹਨ ਨਹੀਂ ਧਿਆਨ ਤਾਂ ਹਮੇਸ਼ਾ ਅੱਧ ਖੁੱਲੀ ਅੱਖ ਨਾਲ ਹੋਏਗਾ ਕਿਉਂਕਿ ਅੱਧ ਖੁੱਲੀ ਅੱਖ ਅੱਖ ਦੀ ਸਭ ਤੋਂ ਵੱਧ ਸ਼ਾਂਤ ਜਾਗਰੂਪ ਅਵੇਰਨੈਸ ਦੀ ਅਵਸਥਾ ਹੈ ਤਾਂ ਤੁਸੀਂ ਪ੍ਰਯੋਗ ਕਰੋਗੇ ਤਾਂ ਤੁਹਾਨੂੰ ਦਿਖਾਈ ਪਏਗਾ ਕਿ ਜਿਵੇਂ ਅੱਧ ਖੁੱਲੀ ਅੱਖ ਨੱਕ ਦੀ ਸੇਧ ਹੋਏਗੀ ਉਵੇਂ ਤੁਸੀਂ ਪਾਉਗੇ ਅਹਿਸਾਸ ਸ਼ਾਂਤੀ ਦਾ ਅੰਦਰ ਇੱਕ ਚਰਨੇ ਦਾ ਜਿਵੇਂ ਕੋਈ ਚੀਜ਼ ਦਿਮਾਗ ਤੇ ਸ਼ਾਂਤ ਹੋ ਗਈ ਕੋਈ ਤਣਾਅ ਉਤਰ ਗਿਆ ਕੋਈ ਬੱਦਲ हट ਗਿਆ ਕੋਈ ਬੋਝ हट ਗਿਆ ਨਾਲ ਹੀ ਇੱਕ ਨਵੀਂ ਤਰ੍ਹਾਂ ਦਾ ਹੁਸ਼ ਇੱਕ ਜਾਗਰਤੀ ਕਵੇਰਨ ਸਿਕ ਬੋਧਿਕ ਅਲਰਟਨੈਸ ਪੈਦਾ ਹੋਏਗੀ ਲੱਗੇਗਾ ਮੈਂ ਜ਼ਿਆਦਾ ਹੁਸ਼ ਨਾਲ ਭਰਿਆ ਹੋਇਆ ਹਾਂ ਇਸ ਪ੍ਰਯੋਗ ਨੂੰ ਅੱਖ ਦੇ ਅੱਧੇ ਖੁੱਲੀ ਹੋਣ ਦੇ ਪ੍ਰਯੋਗ ਨੂੰ ਧਿਆਨ ਚ ਤਾਂ ਅਸੀਂ ਕਰਾਂਗੇ ਹੁਣੇ ਜਦ ਰਾਤ ਦਾ ਧਿਆਨ ਕਰਾਂਗੇ ਸਵੇਰ ਦੇ ਧਿਆਨ ਚ ਵੀ ਕਰਾਂਗੇ ਲੇਕਿਨ ਤੁਸੀਂ ਬਾਕੀ ਦੇ ਸਮੇਂ ਚ ਵੀ ਕਰਨਾ ਸਭ ਤੋਂ ਵੱਧ ਉਪਯੋਗੀ ਹੋਏਗਾ ਇਹਨਾਂ ਤਿੰਨਾਂ ਦਿਨਾਂ ਚ ਸਮੁੰਦਰ ਦੇ ਟੱਟ ਤੇ ਚਲੇ ਜਾਣਾ ਹੈ ਇਕੱਲੇ ਥੋੜੀ ਦੇਰ ਤੇਜ਼ੀ ਨਾਲ ਤੁਰਨਾ ਗਹਿਰਾ ਸਾਹ ਲੈਣਾ ਅੱਖ ਨੂੰ ਨੱਕ ਦੀ ਸੇਧ ਰੱਖਣਾ ਤਾਂ ਤੁਹਾਨੂੰ 1 ਘੰਟੇ ਦੇ ਅੰਦਰ ਇੱਕ ਅਪੂਰਵ ਜਾਗ ਦੀ ਅੰਦਰ ਪ੍ਰਤੀਤੀ ਹੋਏਗੀ ਇਕੱਲੇ ਚਲੇ ਜਾਓ ਟੱਟ ਤੇ ਜ਼ੋਰ ਨਾਲ ਚੱਲੋ ਗਹਿਰਾ ਸਾਹ ਲਓ ਅੱਖ ਨੂੰ ਨੱਕ ਦੀ ਸੇਚ ਰੱਖੋ ਇੱਕ ਘੰਟੇ ਚ ਤੁਸੀਂ ਪਾਓਗੇ ਅਜਿਹੀ ਸ਼ਾਂਤੀ ਤੁਸੀਂ ਕਦੇ ਨਹੀਂ ਪਾਈ ਇਸ ਤਰ੍ਹਾਂ ਦੀ ਜਾਗਤ ਨੂੰ ਕਦੇ ਮਹਿਸੂਸ ਨਹੀਂ ਹੋਈ ਤੁਹਾਡੇ ਅੰਦਰ ਇੱਕ ਨਵੀਂ ਚੇਤਨਾ ਹੀ ਦਵਾਰ ਖੋਲ ਰਹੀ ਹੈ ਇਹ ਤੁਹਾਨੂੰ ਪ੍ਰਤੀਤ ਹੋਏਗਾ ਤਾਂ ਹਰੇਕ 사ਧਕ ਦਿਨ ਚ ਘੱਟੋ ਘੱਟ 2 ਘੰਟੇ ਸਮੁੰਦਰ ਟੱਟ ਤੇ ਜਾ ਕੇ ਤੇਜ਼ੀ ਨਾਲ ਤੁਰੇਗਾ ਉਹ ਸਕ्रीय ਧਿਆਨ ਹੋਏਗਾ ਨਿਸ਼ਕ्रीय ਧਿਆਨ ਅਸੀਂ ਇੱਥੇ ਕਰਾਂਗੇ ਇਥੇ ਦੋ ਵਾਰ ਅਸੀਂ ਧਿਆਨ ਕਰਾਂਗੇ ਸਵੇਰੇ ਤੇ ਰਾਤ ਉਨਿਸਲ ਸ਼ਾਂਤ ਅਵਸਥਾ ਅਚ ਕਰਾਂਗੇ ਉਥੇ ਤੁਸੀਂ ਸਵੇਰੇ ਤੇ ਦੁਪਹਿਰ ਨੂੰ ਜਾਂ ਜਦ ਵੀ ਤੁਹਾਨੂੰ ਮੌਕਾ ਮਿਲੇ ਘੰਟਾ ਤੇਜ਼ੀ ਨਾਲ ਤੁਰਨਾ ਸક્રિય ਧਿਆਨ ਕਰਨਾ ਇਹਨਾਂ ਤਿੰਨਾਂ ਦਿਨਾਂ ਨੂੰ ਮੈਂ ਇੰਟੈਂਸ ਮੈਡੀਟੇਸ਼ਨ ਘਣੇ ਧਿਆਨ ਦੇ ਦਿਨ ਬਣਾਉਣਾ ਚਾਹੁੰਨਾ ਕਿ 24 ਘੰਟੇ ਅਸੀਂ ਧਿਆਨ ਦੀਆਂ ਗਹਿਰੀਆਂ ਪਰਤਾਂ ਨੂੰ ਤੋੜਨ 'ਚ ਸਫਲ ਹੋ ਸਕੀਏ ਇਹ ਤਿੰਨ ਗੱਲਾਂ ਮੈਂ ਕਹਿੰਿਆ ਇਹ ਮੁੱਢਲੀਆਂ ਗੱਲਾਂ ਆ ਆਉਣ ਵਾਲੇ 3 ਦਿਨਾਂ 'ਚ ਸਾਧਨਾ ਦੇ 4 ਰੰਗਾਂ 'ਤੇ ਮੈਂ ਗੱਲ ਕਰਨੀ ਚਾਹਾਂਗਾ। ਕੱਲ ਸਵੇਰੇ ਕਰुणा ਫਿਰ ਮੈਤਰੀ ਫਿਰ ਮੋਦਤਾ ਫਿਰ ਉਪਰਾਮਤਾ ਇਹ ਚਾਰ ਤਤ ਧਿਆਨ ਦੇ ਲਈ ਬੇहद ਅਹਿਮ ਤਤ ਹਨ। ਇਹਨਾਂ ਚਾਰ ਤਤਾਂ ਦਾ ਜਿਸ ਤੇ ਭਾਵ ਜਨਮ ਹੋ ਜਾਂਦਾ ਹੈ ਉਹ ਇਸ ਤਰ੍ਹਾਂ ਧਿਆਨ 'ਚ ਦਾਖਲ ਹੋ ਜਾਂਦਾ ਹੈ। ਜਿਵੇਂ ਤੁਸੀਂ ਕਦੇ ਆਕਾਸ਼ 'ਚ ਟੁੱਟਦੇ ਹੋਏ ਤਾਰਿਆਂ ਨੂੰ ਵੇਖਿਆ ਹੋਵੇਗਾ। ਕਿਸ ਤੀਬਰਤਾ ਨਾਲ ਧਰਤੀ ਵੱਲ ਨੂੰ ਵਧਦੇ ਹਨ ਧਰਤੀ ਦੀ ਕشش ਉਹਨਾਂ ਨੂੰ ਖਿੱਚਦੀ ਹੈ ਉਹ ਵਗੇ ਆਉਂਦੇ ਹਨ ਤੀਰ ਦੀ ਤਰ੍ਹਾਂ ਜਿਵੇਂ ਇਹ ਚਾਰ ਤਤ ਕਿਸੇ ਵਿਅਕਤੀ ਦੀ ਜ਼ਿੰਦਗੀ ਚ ਪੂਰੇ ਹੋ ਜਾਣ ਸਾਰੇ ਪ੍ਰਾਣ ਪਰਮਾਤਮਾ ਦੀ ਤਰਫ ਟੁੱਟੇ ਹੋਏ ਤਾਰੇ ਵਾਂਗ ਵਗਦੇ ਹਨ ਪਰਮਾਤਮਾ ਦੀ ਕشش ਉਹਨੂੰ ਖਿੱਚਣਾ ਸ਼ੁਰੂ ਕਰ ਦਿੰਦੀ ਹੈ ਇੱਕ ਗ੍ਰੈਵਿਟੇਸ਼ਨ ਅਸੀਂ ਜਾਣਦੇ ਹਾਂ ਪ੍ਰithvi ਦੀ ਇੱਕ ਗ੍ਰੈਵਿਟੇਸ਼ਨ ਹੋਰ ਹੈ ਉਹ ਹੈ ਪਰਮਾਤਮਾ ਦੀ ਉਸ ਵਿੱਚ ਜਾਣ ਦੇ ਲਈ ਉਹ ਚਾਰ ਤਤਾਂ ਦੀ ਗੱਲ ਮੈਂ ਆਉਣ ਵਾਲੇ ਚਾਰ ਦਿਨਾਂ ਚ ਕਰਨ ਵਾਲਾ ਪਰ ਉਹ ਗੱਲਾਂ ਉਹਨਾਂ ਦੀ ਸਮਝ ਆ ਸਕਣਗੀਆਂ ਜੋ ਮੈਂ ਤਿੰਨ ਸੂਤਰ ਦੱਸੇ ਜਿਹੜੇ ਉਹਨਾਂ ਦੇ ਪ੍ਰਯੋਗ ਕਰਨਗੇ ਤੇ ਇੱਥੇ ਬੁਲਾਇਆ ਹੀ ਇਸ ਲਈ ਹੈ ਕਿ ਪ੍ਰਯੋਗ ਕਰਨਾ ਹੈ ਹੁਣ ਅਸੀਂ ਰਾਤ ਦੇ ਧਿਆਨ ਲਈ ਬੈਠਾਂਗੇ ਤਾਂ ਉਸ ਤੋਂ ਪਹਿਲਾਂ ਦੋ ਚਾਰ ਸੂਚਨਾਵਾਂ ਮੈਂ ਹੋਰ ਦੇਣੀਆਂ ਹਨ ਉਹ ਤੁਹਾਨੂੰ ਦੇ ਦੇਵਾਂ ਦੁਪਹਿਰ ਨੂੰ 2 ਤੋਂ 3 ਦੇ ਦਰਮਿਆਨ ਮੈਨੂੰ ਮਿਲਣ ਦਾ ਸਮਾਂ ਮੈਨੂੰ ਮਿਲਣ ਦਾ ਅਰਥ ਸਮਝ ਲੈਣਾ ਚਾਹੀਦਾ ਹੈ ਉੱਥੇ ਮੈਂ ਤੁਹਾਨੂੰ ਪ੍ਰਸ਼ਨ ਪੁੱਛਣ ਨਹੀਂ ਆਉਣਾ ਪ੍ਰਸ਼ਨ ਤਾਂ ਜੋ ਵੀ ਪੁੱਛਣੇ ਹਨ ਉਹ ਮੈਂ ਰਾਤ ਦੀ ਬੈਠਕ 'ਚ ਉੱਤਰ ਦੇਵਾਂਗਾ ਇੱਥੇ ਪੁੱਛ ਲੈਣੇ ਹਨ ਉੱਥੇ ਤਾਂ ਮਿਲਣ ਮੇਰੇ ਨਾਲ ਦੂਜੇ ਕਾਰਨ ਤੋਂ ਆਣਾ ਹੋਵੇ ਕਿਸੇ ਨੇਤਾ ਆ ਸਕਦਾ ਉਸੇ ਘੰਟੇ 'ਚ ਕਿਸੇ ਨੂੰ ਵੀ ਅਜਿਹਾ ਲੱਗਦਾ ਹੋਵੇ ਕਿ ਮੇਰੇ ਕੋਲ ਆ ਕੇ ਦੋ ਘੜੀ ਬੈਠ ਜਾਣਾ ਉਸੇ ਨਹੀਂ ਆਉਣਾ ਪਤਾ ਨਹੀਂ ਕਿੰਨੇ ਮਿੱਤਰਾਂ ਨੂੰ ਲੱਗਦਾ ਹੈ ਕਿ ਉਹ ਛਿੰ ਮੇਰੇ ਕੋਲ ਆ ਕੇ ਬੈਠ ਜਾਣ ਪਰ ਉਹਨਾਂ ਨੂੰ ਇਹ ਖਿਆਲ ਹੁੰਦਾ ਹੈ ਕਿ ਮੇਰੇ ਕੋਲ ਆਉਣਾ ਹੈ ਤਾਂ ਪੁੱਛਣ ਲਈ ਆਉਣਾ ਹੈ ਨਹੀਂ ਤਾਂ ਕਿਸ ਲਈ ਜਾਣਾ ਹੈ ਉਹ ਕੁਝ ਵੀ ਪੁੱਛਣ ਪਹੁੰਚ ਜਾਂਦੇ ਹਨ ਉਹਨਾਂ ਦੇ ਪ੍ਰਸ਼ਨ ਤੋਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕੁਝ ਪੁੱਛਣਾ ਨਹੀਂ ਸੀ ਇਹ ਪ੍ਰਸ਼ਨ ਉਹ ਸਿਰਫ ਇਸ ਲਈ ਪੁੱਛ ਰਹੇ ਕਿ ਉਹਨਾਂ ਨੇ ਆਉਣਾ ਸੀ ਨਹੀਂ ਕੋਈ ਬੇਲੋੜੀ ਪੁੱਛਗਿੱਛ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆ ਕੇ ਚੁੱਪਚਾਪ ਬੈਠ ਜਾਣਾ ਹੈ 2 ਮਿੰਟ ਆ ਕੇ ਬੈਠੋ ਤੁਹਾਡੇ ਪੁੱਛਣ ਤੋਂ ਤੇ ਮੇਰੇ ਦੱਸਣ ਤੋਂ ਉਹ ਜ਼ਿਆਦਾ ਅਹਿਮ ਤੇ ਕੀਮਤੀ ਹੈ ਕਿਸੇ ਨੂੰ ਕਈ ਵਾਰ ਲੱਗਦਾ ਹੈ ਰੋਜ਼ ਪਿੰਡ ਪਿੰਡ ਤੋਂ ਮਿੱਤਰ ਆਉਂਦੇ ਹਨ ਕੋਈ ਆ ਕੇ ਹੱਥ ਫੜ ਕੇ ਖੜੀ ਬੈਠ ਕੇ ਰੋ ਲੈਗਾ ਮੈਂ ਜਾਣਦਾ ਇਹਦਾ ਅਧਿਆਤਮਿਕ ਮੁੱਲ ਹੈ ਉਪਯੋਗ ਹੈ ਲੇਕਿਨ ਉਹਨੀ ਹਿੰਮਤ ਵੀ ਲੋਕਾਂ ਨੇ ਖੋ ਦਿੱਤੀ ਹੈ ਨਾ ਕੋਈ ਹਿੰਮਤ ਨਾਲ ਰੋ ਸਕਦਾ ਹੈ ਨਾ ਕੋਈ ਹਿੰਮਤ ਨਾਲ ਪ੍ਰੇਮ ਕਰ ਸਕਦਾ ਹੈ ਨਾ ਹਿੰਮਤ ਨਾਲ ਕੋਈ ਕਿਸੇ ਦੇ ਗਲੇ ਲੱਗ ਕੇ ਮਿਲ ਸਕਦਾ ਨਾ ਹਿੰਮਤ ਨਾਲ ਕੋਈ ਕਿਸੇ ਦਾ ਹੱਥ ਆਪਣੇ ਹੱਥ ਲੈ ਸਕਦਾ ਉਸ ਘੰਟੇ ਵਿੱਚ ਤਾਂ ਜਿਨ੍ਹਾਂ ਨੇ ਮੇਰੇ ਇੰਟੀਮੇਟ ਰਿਲੇਸ਼ਨਸ਼ਿਪ ਦੇ ਲਈ ਇੱਕ ਨੇੜਲੇ ਤੇ ਇੱਕ ਅੰਦਰੂਨੀ ਸਬੰਧ ਦੇ ਲਈ ਆਉਣਾ ਹੈ ਉਹਨਾਂ ਨੇ ਆਉਣਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਪ੍ਰਸ਼ਨ ਪੁੱਛਣੇ ਹਨ ਉਹ ਲਿਖਤੀ ਪ੍ਰਸ਼ਨ ਦੇ ਦੇਣਗੇ ਤਾਂ ਸ਼ਾਮ ਦੀ ਬੈਠਕ 'ਚ ਉਹਨਾਂ ਦੇ ਉੱਤਰ ਦੇ ਸਕਣਗੇ 2 ਤੋਂ 3 ਮੈਂ ਉੱਥੇ ਮਿਲਾਂਗਾ ਫਿਰ 3 ਤੋਂ 4 ਅਸੀਂ ਇੱਥੇ ਸਰੂਵਣ ਵਿੱਚ ਇੱਕ ਘੰਟਾ ਮੌਨ ਬੈਠਾਂਗੇ ਸਾਰੇ ਲੋਕ ਮੇਰੇ ਨਾਲ ਤੁਸੀਂ ਦਿਨ ਭਰ ਹੀ ਮੌਨ ਰਹੋਗੇ ਪਰ ਉਹ ਇੱਕ ਘੰਟਾ ਮੇਰੇ ਸਾਥ ਮੌਨਚ ਰਹੋਗੇ ਤੁਹਾਡੇ ਨਾਲ ਗੱਲਾਂ ਕਰਦਾ ਹਾਂ ਰੋਜ਼ ਇੱਕ ਗੱਲ ਹੈ ਜੋ ਸ਼ਬਦਾਂ ਚ ਕਹੀ ਜਾ ਸਕਦੀ ਹੈ ਕੁਝ ਗੱਲਾਂ ਹਨ ਜੋ ਸਿਰਫ ਮੌਨ ਚ ਕਹੀਆਂ ਜਾ ਸਕਦੀਆਂ ਇੱਕ ਘੰਟਾ ਉਹ ਮੌਨ ਪ੍ਰਵਚਨ ਹੋਏਗਾ ਕੁਝ ਮੈਂ ਤੁਹਾਨੂੰ ਕਹਾਂਗਾ ਜ਼ਰੂਰ ਕੁਝ ਤੁਸੀਂ ਸੁਣੋਗੇ ਸਮਝੋਗੇ ਜ਼ਰੂਰ ਲੇਕਿਨ ਸ਼ਬਦਾਂ ਦਾ ਇਸਤੇਮਾਲ ਨਹੀਂ ਹੋਏਗਾ ਤਾਂ ਤੁਸੀਂ ਜਿੰਨੀ ਗਹਿਰੀ ਮੌਨ ਚ ਤੇ ਜਿੰਨੀ ਗਹਿਰੀ ਉਡੀਕ ਚ ਹੋਗੇ ਉਨਾ ਸਬੰਧ ਸਥਾਪਿਤ ਹੋ ਸਕੇਗਾ ਪਿਛਲੀ ਵਾਰੀ ਕੰਟਾ ਮੌਨਟਸੀ ਬੈਠੇ ਸੀ ਕੁਝ ਲੋਕਾਂ ਨੂੰ ਮੇਰੇ ਕੋਲ ਆਉਣ ਦਾ ਮਨ ਹੋਇਆ ਸੀ ਤੇ ਮਿਲਣ ਆਏ ਸਨ ਪਰ ਹੁਣ ਕਿਉਂਕਿ ਰੋਜ਼ ਇੱਕ ਘੰਟਾ ਮਿਲਣ ਦੇ ਲਈ ਹੈ ਇਸ ਲਈ ਮੌਨ ਦੇ ਉਸ ਘੰਟੇ ਪਰ ਦੇ ਪ੍ਰਯੋਗ 'ਚ ਮੈਨੂੰ ਮਿਲਣ ਕੋਈ ਵੀ ਨਹੀਂ ਆਏਗਾ ਜਿਹਨੂੰ ਵੀ ਮਿਲਣ ਜਿਆ ਲੱਗੇ ਉਹ ਦੂਜੇ ਦਿਨ 2 ਵਜੇ ਮੈਨੂੰ ਮਿਲਣ ਆ ਸਕਦਾ ਹੈ ਉੱਥੇ ਸਿਰਫ ਅਸੀਂ ਬੈਠਾਂਗੇ ਕੋਈ ਮਿਲਣ ਨਹੀਂ ਆਏਗਾ ਚੁੱਪਚਾਪ ਬੈਠਾਂਗੇ ਉੱਚਾ ਚਾਪ ਬੈਠਣ ਵਿੱਚ ਜੋ ਵੀ ਹੋਵੇ ਹੋਣ ਦੇਣਾ ਕਿਸੇ ਦੀ ਅੱਖਾਂ ਚੋਂ ਹੰਝੂ ਵਗਣ ਲੱਗਣ ਵਹਿ ਜਾਣ ਦੇਣਾ ਛੱਡ ਦੇਣਾ ਛੱਡ ਦੇਣਾ ਖੁਦ ਨੂੰ ਬਿਲਕੁਲ ਲੈਟ ਗੋ ਤਾਂ ਦਿਨ ਭਰ ਤੁਸੀਂ ਮੌਨ ਰੱਖੋਗੇ ਫਿਰ ਇੱਕ ਘੰਟਾ ਮੈਂ ਤੁਹਾਡੇ ਨਜ਼ਦੀਕ ਰਹਾਂਗਾ ਇੱਕ ਘੰਟਾ ਦੁਪਹਿਰੇ ਮੌਨ ਰੱਖਾਂਗੀ ਰਾਤ ਨੂੰ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਹੋਣਗੇ ਲੇਕਿਨ ਧਿਆਨ ਰੱਖਿਓ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮੈਂ ਨਹੀਂ ਦੇਵਾਂਗਾ ਮੈਂ ਸਿਰਫ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਵਾਂਗਾ ਕਿ ਜਿਸ ਸੰਬੰਧ ਵਿੱਚ ਮੈਂ ਬੋਲ ਰਿਹਾ ਹਾਂ ਉਸੇ ਸੰਬੰਧ ਚੋ ਪ੍ਰਸ਼ਨ ਹੁਆ ਤਾਂ ਜੋ ਤੁਹਾਡੀ ਸਾਧਨਾ ਦੇ ਕੰਮ ਆ ਸਕਣ ਤੁਸੀਂ ਫਜ਼ੂਲ ਦੇ ਮੈਟਾਫਿਜ਼ੀਕਲ ਦੇ ਤਤ ਦਰਸ਼ਨ ਦੇ ਪ੍ਰਸ਼ਨ ਨਹੀਂ ਲਿਆਉਗੇ ਉਹਦੇ ਲਈ ਮੈਂ ਤੁਹਾਡੇ ਪਿੰਡ ਪਿੰਡ ਆਉਣਾ ਜਾਂ ਤੁਹਾਡੇ ਪਿੰਡ ਆਵਾਂ ਤਾਂ ਤੁਸੀਂ ਜੋ ਵੀ ਫਜ਼ੂਲ ਗੱਲਾਂ ਪੁੱਛਣੀਆਂ ਹੋਣ ਉੱਥੇ ਤੁਸੀਂ ਪੁੱਛਣਾ ਇੱਥੇ ਤਾਂ ਸਿਰਫ ਤਿੰਨ ਦਿਨ ਅਸੀਂ ਇੱਕ ਇੱਕ ਪਲ ਵੀ ਸਾਧਨਾ ਦੇ ਲਈ ਹੀ ਲੋਣਾ ਚਾਹੁੰਦੇ ਹਾਂ ਇਸ ਲਈ ਸਿਰਫ ਉਹੀ ਮਿੱਤਰ ਪ੍ਰਸ਼ਨ ਪੁੱਛਣਗੇ ਜਿਨ੍ਹਾਂ ਨੇ ਸਾਧਨਾ ਦੀ ਦ੍ਰਿਸ਼ਟੀ ਤੋਂ ਪੁੱਛਣਾ ਹੋਵੇ ਜੋ ਮੈਂ ਕਹਿ ਰਿਹਾ ਉਹ ਸਮਝ ਨਹੀਂ ਆ ਰਿਹਾ ਉਹ ਦ੍ਰਿਸ਼ਟੀ ਤੋਂ ਪੁੱਛਣਾ ਹੈ ਲੇਕਿਨ ਦੂਜੀਆਂ ਫਜ਼ੂਲ ਗੱਲਾਂ ਕਿ ਕਿੰਨੇ ਸਵਰਗ ਹੁੰਦੇ ਆ ਕਿੰਨੇ ਨਰਕ ਹੁੰਦੇ ਆ ਇਹਨਾਂ ਸਭ ਗੱਲਾਂ ਨੂੰ ਇੱਥੇ ਪੁੱਛਣ ਦੀ ਕੋਈ ਜ਼ਰੂਰਤ ਨਹੀਂ ਇਹ ਧਿਆਨ ਰੱਖਣਾ ਤੇ ਪੁੱਛੋਗੇ ਵੀ ਪੁੱਛੋਗੇ ਵੀ ਤੁਸੀਂ ਤਾਂ ਮੈਂ ਉੱਤਰ ਦੇਣ ਵਾਲਾ ਨਹੀਂ ਹਾਂ ਮੈਂ ਸਿਰਫ ਉਹਨਾਂ ਦਾ ਹੀ ਉੱਤਰ ਦੇਵਾਂਗਾ ਜੋ ਮੈਨੂੰ ਲੱਗਣਗੇ ਇਸ ਤਨਦੈਂਦੀ ਸਾਧਨਾ ਪ੍ਰਕਿਰਿਆ 'ਚ ਸਹਿਯੋਗੀ ਪ੍ਰਸ਼ਨ ਹੁਣ ਅਸੀਂ ਰਾਤ ਦੇ ਧਿਆਨ ਲਈ ਬੈਠਾਂਗੇ ਦੋ ਗੱਲਾਂ ਸਮਝ ਲੈਣੀਆਂ ਜ਼ਰੂਰੀ ਐ ਅੱਖਾਂ ਅੱਧ ਖੁੱਲੀਆਂ ਰੱਖਣੀਆਂ ਹਨ ਅੱਧ ਖੁੱਲੀ ਅੱਖ ਰੱਖਣ ਦਾ ਮਤਲਬ ਤੁਸੀਂ ਸਮਝ ਗਏ ਹੋਗੇ ਨੱਕ ਦਾ ਅਗਲਾ ਹਿੱਸਾ ਦਿਸਦਾ ਰਹੇ پلਕ ਐਨੀ ਖੁੱਲੀ ਰਹੇ ਕਿ ਅੱਖ ਨਹੀਂ ਖੋਲਣੀ ਐ ਨਾ ਪੂਰੀ ਬੰਦ ਕਰਨੀ ਐ ਨਾ ਪੂਰੀ ਅੱਖ ਖੋਲ੍ਹਣੀ ਐ ਅੱਧੀ ਅੱਖ ਖੋਲ੍ਹ ਕੇ ਬੜੀ ਸ਼ਾਂਤੀ ਤੇ ਆਰਾਮ ਨਾਲ ਬੈਠ ਜਾਣਾ ਕੋਈ ਤਣਾਅ ਸਰੀਰ ਨੂੰ ਨਹੀਂ ਦੇਣਾ ਪ੍ਰਕਾਸ਼ ਇੱਥੇ ਬੁਝਾ ਦਿੱਤਾ ਜਾਏਗਾ ਤਾਂ ਜੋ ਪਰਮਾਤਮਾ ਦਾ ਪ੍ਰਕਾਸ਼ ਜੋ ਉਪਰੋਂ ਵਰਸ ਰਿਹਾ ਉਹ ਨੇੜੇ ਆ ਜਾਏ। ਆਦਮੀ ਦਾ ਪ੍ਰਕਾਸ਼ ਹੈ ਬਹੁਤ ਕਮਜ਼ੋਰ ਲੇਕਿਨ ਪਰਮਾਤਮਾ ਦੇ ਪ੍ਰਕਾਸ਼ ਨੂੰ ਰੋਕਣ ਲਈ ਕਾਫੀ ਸਮਰੱਥ ਹੈ। ਬਿਜਲੀ ਦਾ ਇੱਕ ਬੱਲਬ ਜਗਿਆ ਹੋਵੇ ਤਾਂ ਚਾਨਣੀ ਨਹੀਂ ਦਿਸਦੀ। ਤੇ ਸਾਰੇ ਬੱਲੇ ਬੁਝਾ ਦਿੱਤੇ ਜਾਣਗੇ ਤਾਂ ਜੋ ਚਾਨਣੀ ਵਰਸਣ ਲੱਗੇ ਤੇ ਚੰਦਰਮਾ ਦੇ ਨੇੜੇ ਹੋ ਜਾਈਏ ਤੇ ਨਸਰੂ ਬਿਰਛਾਂ ਦੇ ਨੇੜੇ ਹੋ ਜਾਈਏ। ਜਿਵੇਂ ਤੁਸੀਂ ਅੱਧੀ ਅੱਖ ਖੋਲ ਕੇ ਸ਼ਾਂਤ ਬੈਠੋਗੇ ਮੈਂ ਥੋੜੀ ਦੇਰ ਤੱਕ ਕੁਝ ਸੁਝਾ ਦੇਵਾਂਗਾ ਪਹਿਲਾ ਸੁਝਾ ਦੇਵਾਂਗਾ ਕਿ ਤੁਹਾਡਾ ਸਰੀਰ ਨਿਸਲ ਹੋ ਰਿਹਾ ਹੈ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਜਿਵੇਂ ਕੋਈ ਜਾਨ ਨਾ ਹੋਵੇ ਫਿਰ ਸੁਝਾ ਦੇਵਾਂਗਾ ਕਿ ਤੁਹਾਡਾ ਸਾਹ ਨਿਸਲ ਹੋ ਰਿਹਾ ਹੈ ਤਾਂ ਸਾਹ ਨੂੰ ਬਿਲਕੁਲ ਧੀਮਾ ਛੱਡ ਦੇਣਾ ਜਿੰਨਾ ਆਵੇ ਆਵੇ ਨਾ ਆਵੇ ਨਾ ਆਵੇ ਜਾਵੇ ਜਾਵੇ ਆਪਣੀ ਤਰਫੋਂ ਨਹੀਂ ਲੈਣਾ ਬਲਕਿ ਧੀਮਾ ਛੱਡ ਦੇਣਾ ਹੌਲੀ ਹੌਲੀ ਧੀਮਾ ਹੁੰਦਾ ਜਾਏਗਾ ਫਿਰ ਮੈਂ ਤੀਜਾ ਸੁਝਾ ਦੇਵਾਂਗਾ ਕਿ ਮਨ ਸ਼ਾਂਤ ਹੋ ਰਿਹਾ ਹੈ ਤਦ ਮਨ ਨੂੰ ਵੀ ਨਿਸਲ ਛੱਡ ਦੇਣਾ ਹੈ ਉਹ ਹੌਲੀ-ਹੌਲੀ ਸ਼ਾਂਤ ਹੁੰਦਾ ਤੁਰਿਆ ਜਾਏਗਾ ਫਿਰ ਮੈਂ ਕਹਾਂਗਾ ਕਿ ਹੁਣ 10 ਮਿੰਟ ਲਈ ਸ਼ਾਂਤੀ ਨਾਲ ਬੈਠੇ ਰਹੋਗੇ ਕੀ ਕਰੋਗੇ ਉਸ ਸ਼ਾਂਤੀ ਵਿੱਚ ਕੀ ਹੋਏਗਾ ਜਿਵੇਂ ਮਨ ਸ਼ਾਂਤ ਹੋਏਗਾ ਉਵੇਂ ਚਾਰਟ ਫੇਰੀਆਂ ਦੀਆਂ ਆਵਾਜ਼ਾਂ ਸੁਣਾਈ ਪੈਣ ਲੱਗਣਗੀਆਂ ਦੂਰ ਸਾਗਰ ਦੀ ਗਰਜਣਾ ਹਵਾਵਾਂ ਆਉਣਗੀਆਂ ਸਰੂ ਦੇ ਬਿਰਛਾਂ ਨੂੰ ਹਿਲਾਉਣਗੀਆਂ ਉਹਨਾਂ ਦੀਆਂ ਆਵਾਜ਼ਾਂ ਕੋਈ ਪੰਛੀ ਚਿੱਲ ਲਾਏਗਾ ਕੋਈ ਕੁੱਤਾ ਭੌਂਕੇਗਾ ਚਾਰ ਚੁਫੇਰੀ ਪਰਮਾਤਮਾ ਪਤਾ ਨਹੀਂ ਕਿੰਨੀ ਆਵਾਜ਼ਾਂ ਵਿੱਚ ਬੋਲ ਰਿਹਾ ਹੈ ਉਹ ਸਭ ਸੁਣਾਈ ਪੈਣ ਲੱਗੇਗਾ ਉਹਨੂੰ ਚੁੱਪਚਾਪ ਸੁਣਦੇ ਜਾਣਾ ਹੈ ਉਹਨੂੰ ਸੁਣਦੇ ਹੀ ਸੁਣਦੇ ਹੋਰ ਗਹਿਰਾ ਸ਼ੋਨਿਆ ਪੈਦਾ ਹੋ ਜਾਏਗਾ ਧੰਨਵਾਦ